ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ, ਮੈਂ ਰਾਹੁਲ ਕਾਲਾ। ਹੈਡਲਾਈਨਸ ਲੈ ਕੇ ਅੱਜ ਦੀਆਂ ਹਾਜ਼ਰ ਹੋਇਆਂ। ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ 'ਤੇ। ਕਹਿੰਦੇ ਕਿ ਦੁਨੀਆ ਦਾ ਸਭ ਤੋਂ ਮਿੱਠਾ ਫਲ ਤੁਹਾਡੀ ਬੋਲੀ ਹੈ। ਮਿੱਠਾ ਬੋਲ ਕੇ ਤੁਸੀਂ ਚਾਹੋ ਤਾਂ ਕਿਸੇ ਦਾ ਵੀ ਦਿਲ ਜਿੱਤ ਸਕਦੇ ਹੋ। ਇਸੇ ਲਈ ਆਪਣੀ ਬੋਲੀ ਨੂੰ ਹਮੇਸ਼ਾ ਮਿੱਠਾ ਬਣਾ ਕੇ ਰੱਖੋ। ਕਦੇ ਕਿਸੇ ਨੂੰ ਕੌੜੇ ਬੋਲ ਬੋਲ ਕੇ ਦੁਖੀ ਨਾ ਕਰੋ। ਅਤੇ ਹੁਣ ਨਜ਼ਰ ਮਾਰਦੇ ਹੈਡਲਾਈਨਸ 'ਤੇ। ਜਲੰਧਰ ਵੈਸਟ ਜ਼ਿਮਨੀ ਚੋਣ ਦੇ ਲਈ ਪ੍ਰਚਾਰ ਹੋਇਆ ਖਤਮ। ਅੱਜ ਉਮੀਦਵਾਰ ਸਿਰਫ ਘਰ ਘਰ ਜਾ ਕੇ ਮੰਗ ਸਕਦੇ ਨੇ ਵੋਟ। 10 ਜੁਲਾਈ ਨੂੰ ਹੋਵੇਗੀ ਵੋਟਿੰਗ, 13 ਜੁਲਾਈ ਨੂੰ ਐਲਾਨੇ ਜਾਣਗੇ ਨਤੀਜੇ। ਜਲੰਧਰ ਵੈਸਟ ਜ਼ਿਮਨੀ ਚੋਣ ਦੇ ਵਿੱਚ ਸਿਆਹੀ ਲਗਾਉਣ ਦੇ ਨਿਯਮਾਂ ਦੇ ਵਿੱਚ ਕੀਤਾ ਗਿਆ ਬਦਲਾਅ। ਹੁਣ ਪਹਿਲੀ ਉਂਗਲ ਦੀ ਬਜਾਏ ਖੱਬੇ ਹੱਥ ਦੀ ਵਿਚਕਾਰਲੀ ਉਂਗਲ 'ਤੇ ਲਗਾਈ ਜਾਏਗੀ ਸਿਆਹੀ। ਲੋਕ ਸਭਾ ਚੋਣਾਂ ਕਰਕੇ ਦੁਚਿੱਤੀ ਦੇ ਖਦਸ਼ੇ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਤਾ ਗਿਆ ਬਦਲਾਅ। ਚੋਣਾਂ ਵਾਲੇ ਦਿਨ ਜਲੰਧਰ ਦੇ ਵਿੱਚ ਹੋ ਸਕਦੀ ਹੈ ਗੜਬੜੀ। MP ਅਮਰਿੰਦਰ ਸਿੰਘ ਰਾਜਾਵੜਿੰਗ ਨੇ ਜ਼ਾਹਰ ਕੀਤਾ ਖਦਸ਼ਾ, ਕਿਹਾ ਆਪ ਦੇ ਵਰਕਰ ਬੂਥ ਕੈਪਚਰ ਕਰ ਸਕਦੇ। ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਗੈਂਗਸਟਰ ਦਲਜੀਤ ਭਾਨਾ ਦੀ ਪੈਰੋਲ ਕੀਤੀ ਰੱਦ। ਭਾਨੇ ਨੂੰ ਮੁੜ ਤੋਂ ਜਾਣਾ ਪਵੇਗਾ ਜੇਲ੍ਹ 'ਚ। ਪੈਰੋਲ ਰੱਦ ਕਰਨ ਦੀ BJP ਅਤੇ ਕਾਂਗਰਸ ਨੇ ਕੀਤੀ ਸੀ ਸ਼ਿਕਾਇਤ। ਪੰਜਾਬ ਹਰਿਆਣਾ ਹਾਈਕੋਰਟ ਤੋਂ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ। NDPS ਮਾਮਲੇ ਦੇ ਵਿੱਚ ਭੇਜੇ ਸੰਮਨ, SIT ਨੇ ਲਏ ਵਾਪਸ। ਮਜੀਠੀਆ ਨੇ ਸਿੱਟ ਦੇ ਸੰਮਨ ਨੂੰ ਹਾਈਕੋਰਟ ਦੇ ਵਿੱਚ ਦਿੱਤੀ ਸੀ ਚੁਣੌਤੀ। ਮਜੀਠੀਆ ਨੇ ਸਿੱਟ ਦੇ ਸੰਮਨਾਂ ਨੂੰ ਦੱਸਿਆ ਸੀ ਨਜਾਇਜ਼। ਅਰਸ਼ਦੀਪ ਸਿੰਘ ਕਲੇਰ ਦਾ ਦਾਅਵਾ, ਕਿਹਾ ਬਿਕਰਮ ਸਿੰਘ ਮਜੀਠੀਆ 'ਤੇ ਕਾਂਗਰਸ ਦੀ ਸਰਕਾਰ ਵੇਲੇ ਪਾਇਆ ਗਿਆ ਸੀ ਝੂਠਾ ਕੇਸ। ਹਾਈਕੋਰਟ ਵੱਲੋਂ ਕਲੀਨ ਚਿੱਟ ਦੇ ਬਾਵਜੂਦ ਸਿਆਸੀ ਬਦਲਾਖੋਰੀ ਤਹਿਤ ਬਣਾਈ SIT। ਚਹੇ 'ਤੇ ਅਫਸਰਾਂ ਦੀ ਟੀਮ ਬਣਾ ਕੇ ਮਜੀਠੀਆ ਨੂੰ ਫਸਾਉਣ ਦੀ ਕੀਤੀ ਗਈ ਕੋਸ਼ਿਸ਼। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ 'ਤੇ ਸਿਆਸੀ ਕਿੜ ਕੱਢਣ ਦੇ ਲਈ ਭੇਜੇ ਗਏ ਸਨ ਸੰਮਨ। ਹੁਣ ਦਸਤਾਵੇਜ਼ ਤਸਦੀਕ ਕਰਵਾਉਣ ਦੇ ਲਈ ਪਟਵਾਰੀ ਦੇ ਦਫ਼ਤਰ ਗੇੜੇ ਮਾਰਨ ਦੀ ਨਹੀਂ ਪਵੇਗੀ ਲੋੜ। ਆਨਲਾਈਨ ਵੈਰੀਫਿਕੇਸ਼ਨ ਦੇ ਲਈ ਸਾਰੇ ਪਟਵਾਰੀਆਂ ਦੀਆਂ ਲੌਗਇਨ ID ਬਣਾਈਆਂ। ਜਾਤ, ਬੁਢਾਪਾ ਪੈਨਸ਼ਨ ਸਕੀਮ ਅਤੇ ਆਮਦਨ ਸਰਟੀਫਿਕੇਟ ਦੇ ਲਈ ਤਸਦੀਕ ਪ੍ਰਕਿਰਿਆ ਹੋਈ ਸੌਖੀ। ਜਗਰਾਓਂ ਦੇ ਵਿੱਚ ਕਾਰ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ। ਮੁਲਜ਼ਮਾਂ ਨੇ ਟਰੱਕ ਮਾਲਕ ਨੂੰ ਜ਼ਖਮੀ ਕਰ ਦਿੱਤਾ। ਗੱਡੀ ਕੱਢਣ ਨੂੰ ਲੈ ਕੇ ਹੋਇਆ ਸੀ ਝਗੜਾ। ਬਠਿੰਡਾ ਦੇ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਲੱਤਾਂ ਬਾਹਾਂ ਤੋੜੀਆਂ। ਦਰਦ ਨਾਲ ਸੜਕ 'ਤੇ ਹੀ ਤੜਫਦਾ ਰਿਹਾ ਨੌਜਵਾਨ। ਕਤਲ ਕੇਸ ਦੇ ਵਿੱਚ ਜ਼ਮਾਨਤ 'ਤੇ ਆਇਆ ਸੀ ਰਿਹਾ। ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਵੱਡੀ ਵਾਰਦਾਤ। ਪਾਣੀ ਦੀ ਵਾਰੀ ਨੂੰ ਲੈ ਕੇ 2 ਧਿਰਾਂ ਦੇ ਵਿੱਚ ਹੋਈ ਫਾਇਰਿੰਗ। ਗੋਲੀਆਂ ਲੱਗਣ ਦੇ ਕਾਰਨ 4 ਲੋਕਾਂ ਦੀ ਹੋਈ ਮੌਤ। ਦੋਹਾਂ ਪੱਖਾਂ ਦੇ ਵਿੱਚ ਕਰੀਬ 60 ਰਾਊਂਡ ਹੋਏ ਫਾਇਰ। ਜਲੰਧਰ 'ਚ ਠੇਕੇ 'ਤੇ ਖੇਤੀ ਕਰਨ ਵਾਲੇ ਕਿਸਾਨ ਦੇ ਉੱਪਰ ਫਾਇਰਿੰਗ। ਟਰੈਕਟਰ 'ਤੇ ਖੇਤਾਂ 'ਚ ਜਾ ਰਿਹਾ ਸੀ, ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ, ਲੱਤ 'ਤੇ ਵੱਜੀ ਗੋਲੀ। ਰਾਜਸਥਾਨ ਦੇ ਵਿੱਚ ਔਰਤ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੀ ਹੱਤਿਆ। ਪੁਰਾਣੀ ਰੰਜਿਸ਼ ਨੂੰ ਲੈ ਕੇ ਦਿੱਤਾ ਵਾਰਦਾਤ ਨੂੰ ਅੰਜਾਮ। ਘਰ ਦੇ ਵਿੱਚ ਆਪਣੇ ਛੋਟੇ ਬੱਚਿਆਂ ਦੇ ਨਾਲ ਇਕੱਲੀ ਬੈਠੀ ਹੋਈ ਸੀ ਮਹਿਲਾ। ਫਾਜ਼ਿਲਕਾ 'ਚ ਪੁਲਿਸ ਨੇ ਕਾਤਲ ਪਤੀ ਨੂੰ ਕੀਤਾ ਗ੍ਰਿਫਤਾਰ। ਜਾਇਦਾਦ ਨੂੰ ਲੈ ਕੇ ਹੋਇਆ ਸੀ ਝਗੜਾ, ਕੈਂਚੀ ਦੇ ਨਾਲ ਪਤਨੀ ਦਾ ਕੀਤਾ ਸੀ ਕਤਲ। ਜਲੰਧਰ 'ਚ ਮਸ਼ਹੂਰ ਕੁੱਲਹੜ ਪੀਜ਼ਾ ਜੋੜੇ ਦੀ ਕਾਰ 'ਤੇ ਹਮਲਾ। ਅਣਪਛਾਤੇ ਹਮਲਾਵਰਾਂ ਨੇ ਘਰ ਦੇ ਬਾਹਰ ਪਥਰਾ ਕੀਤਾ। ਲਾਈਵ ਆ ਕੇ ਬਿਆਨ ਕੀਤੀ ਆਪਣੀ ਤਕਲੀਫ਼। ਫਾਜ਼ਿਲਕਾ ਪੁਲਿਸ ਨੇ ਝਾਰਖੰਡ ਦੇ ਵਿੱਚ ਮਾਸਟਰ ਮਾਈਂਡ ਸਮੱਗਲਰ ਫੜਿਆ। 66 ਕਿਲੋ ਅਫੀਮ ਕੀਤੀ ਬਰਾਮਦ। ਹੁਣ ਤੱਕ 6 ਮੁਲਜ਼ਮ ਕੀਤੇ ਗ੍ਰਿਫਤਾਰ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ। ਅੰਤਰਰਾਜੀ ਸੰਗਠਿਤ ਅਪਰਾਧ ਸਿੰਡੀਕੇਟ ਚਲਾਉਣ ਵਾਲੇ 5 ਵਿਅਕਤੀ ਗ੍ਰਿਫਤਾਰ। 2 ਪਿਸਟਲ, 8 ਜ਼ਿੰਦਾ ਰੌਂਦ ਵੀ ਬਰਾਮਦ। ਮੱਧ ਪ੍ਰਦੇਸ਼ ਦੇ ਖੰਡਾਵਾ ਤੋਂ ਮੰਗਾਉਂਦੇ ਸਨ ਹਥਿਆਰ।
ਕਠੂਆ ਦੇ ਵਿੱਚ ਫੌਜ ਦੀ ਗੱਡੀ ਤੇ ਅੱਤਵਾਦੀ ਹਮਲਾ, ਦੋ ਜਵਾਨ ਜ਼ਖਮੀ। 2 ਮਹੀਨਿਆਂ ਦੇ ਵਿੱਚ ਫੌਜ ਦੀ ਗੱਡੀ ਤੇ ਇਹ ਦੂਸਰਾ ਵੱਡਾ ਹਮਲਾ। ਹਾਥਰਸ ਭਗਦੜ ਦੀ ਘਟਨਾ ਤੇ ਬੋਲੇ ਰਾਕੇਸ਼ ਟਿਕੈਤ, ਕਿਹਾ 1 ਜਾਂ 2 ਲੱਖ ਨਾਲ ਕੁਝ ਨਹੀਂ ਹੁੰਦਾ, ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇ 50 ਲੱਖ ਰੁਪਏ ਦਾ ਮੁਆਵਜ਼ਾ। ਪੇਪਰ ਲੀਕ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕਿਹਾ NTA ਪੇਪਰ ਲੀਕ ਹੋਣ ਵਾਲੇ ਕੇਂਦਰਾਂ ਬਾਰੇ ਜਾਣਕਾਰੀ ਦੇਵੇ। 10 ਜੁਲਾਈ ਤੱਕ ਇਸ ਦਾ ਫਾਇਦਾ ਲੈਣ ਵਾਲੇ ਵਿਦਿਆਰਥੀਆਂ ਦੀ ਵੀ ਜਾਣਕਾਰੀ ਦਿੱਤੀ ਜਾਏ। 11 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ। ਪਿੰਜੌਰ ਦੇ ਪਿੰਡ ਨੌਟਲਾ ਨੇੜੇ ਪਲਟੀ ਹਰਿਆਣਾ ਰੋਡਵੇਜ਼ ਦੀ ਬੱਸ, ਹਾਦਸੇ ਵਿੱਚ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ। ਇਹਨਾਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਓਵਰ ਲੋਡ ਅਤੇ ਤੇਜ਼ ਸਪੀਡ ਬਣਿਆ ਹਾਦਸੇ ਦਾ ਕਾਰਨ। ਡਰਾਈਵਰ ਕੰਡਕਟਰ ਕੀਤੇ ਗਏ ਸਸਪੈਂਡ। ਫਿਲਹਾਲ ਹੈਡਲਾਈਨਸ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।